ਧੰਨ ਵਾਹਿਗੁਰੂ ਜੀਓ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਛਿਪਹੁ ਛਾਇ ਲੈ, ਰਾਮ ਨ ਲਾਵੋ ਚੀਤ। ਨਾਮਾ ਕਹਿ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਮਹਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕੇਸਹੁ ਕੇ ਨਾਹਿ, ਜਿਨ ਇਹ ਰਚਨ ਰਚਾਇਆ, ਤਿਸ ਹੀ ਮਾਹੇ ਸਮਾਹਿ। ਜਿਨ ਇਹੋ ਰਚਨ ਰਚਾਇਆ, ਤਿਸ ਹੀ ਮਾਹੇ ਸਮਾਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਗਰੀਬ ਨਵਾਜ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਆਪਣੀ ਮੁਬਾਰਕ ਸੋਹਬਤ ਸੰਗਤ ਵਿੱਚ ਸਤਿਗੁਰੂ ਜੀ ਨੇ ਜੁੜ ਬੈਠਣ ਦਾ ਇਹ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਅੰਮ੍ਰਿਤਮਈ ਬੋਲ, ਮਹਾਰਾਜ ਦੀ ਪਾਵਨ ਬਾਣੀ, ਪਾਠ ਅਤੇ ਕੀਰਤਨ ਦੇ ਰੂਪ ਵਿੱਚ ਆਪ ਸੰਗਤ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸਲੋਕ, ਉਹਨਾਂ ਦੇ ਉੱਤਮ ਬਚਨ ਸਲੋਕਾਂ ਦੇ ਰੂਪ ਵਿੱਚ ਜੋ ਆਪਾਂ ਨਿਤਾ ਪ੍ਰਤੀ ਇਹਨਾਂ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰ ਰਹੇ ਹਾਂ, ਇਸੇ ਹੀ ਲੜੀ ਦੇ ਤਹਿਤ 211 ਸਲੋਕ ਹੁਣ ਤੱਕ ਆਪਾਂ ਇਹਨਾਂ ਦੀਵਾਨਾਂ ਵਿੱਚ ਵਿਚਾਰੇ ਹਨ। ਅਗਲੇਰੇ ਸਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਦਾਸ ਪਾਸੋਂ ਸਰਵਣ ਕੀਤਾ ਹੈ। ਭਗਤ ਨਾਮਦੇਵ ਸਾਹਿਬ ਜੀ ਅਤੇ ਭਗਤ ਤ੍ਰਿਲੋਚਨ ਜੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਤੋਂ ਪਹਿਲੇ ਸਮੇਂ ਵਿੱਚ ਹੋਏ ਹਨ। ਉਹਨਾਂ ਦੇ ਭਗਤੀ ਜੀਵਨ ਦੀ ਸੁਗੰਧ, ਉਹਨਾਂ ਦੀ ਮਹਿਮਾ, ਉਹਨਾਂ ਦੀ ਕੀਰਤੀ ਔਰ ਵਡਿਆਈ, ਔਰ ਉਹਨਾਂ ਨੇ ਜੋ ਉਪਦੇਸ਼ ਆਪਣੀ ਬਾਣੀ ਦੇ ਰੂਪ ਵਿੱਚ ਸੰਸਾਰ ਨੂੰ ਦਿੱਤਾ, ਉਹ ਪਰਮੇਸ਼ਰ ਦੇ ਮਾਰਗ ਦੇ ਉੱਤੇ ਚੱਲਣ ਵਾਲਿਆਂ ਨੂੰ
ਚੰਗੀ ਤਰ੍ਹਾਂ ਯਾਦ ਸੀ ਭਗਤ ਕਬੀਰ ਸਾਹਿਬ ਜੀ ਮਹਾਰਾਜ, ਜਿੱਥੇ ਇਹਨਾਂ ਭਗਤਾਂ ਦੇ ਨਾਮ ਜੀਵਨ ਤੋਂ ਜਾਣੂ ਸਨ, ਉੱਥੇ ਇਹਨਾਂ ਦੇ ਉਪਦੇਸ਼ ਤੋਂ ਵੀ ਬੜੇ ਗਹਿਨ ਢੰਗ ਨਾਲ ਜਾਣੂ ਸਨ। ਉਹਨਾਂ ਸਤਪੁਰਸ਼ ਉੱਚੀਆਂ ਰੱਬੀ ਰੂਹਾਂ ਦੇ ਕਰਮ ਹੀ ਆਉਣ ਵਾਲੇ ਸਮੇਂ ਦੇ ਲੋਕਾਂ ਵਾਸਤੇ ਪ੍ਰੇਰਨਾ ਸਰੋਤ ਬਣੇ। ਦੋ ਭਗਤਾਂ ਦੇ ਵਿੱਚ ਇੱਕ ਸੰਵਾਦ ਬੜਾ ਪ੍ਰਚਲਿਤ ਸੀ, ਜਿਸ ਨੂੰ ਕਬੀਰ ਜੀ ਮਹਾਰਾਜ ਨੇ ਕਲਮਬੰਦ ਕੀਤਾ। ਭਗਤ ਤ੍ਰਿਲੋਚਨ ਜੀ ਮਿਲਣ ਵਾਸਤੇ ਆਉਂਦੇ ਹਨ ਭਗਤ ਨਾਮਦੇਵ ਸਾਹਿਬ ਨੂੰ। ਬੜੀ ਮਹਿਮਾ ਬੜੀ ਕੀਰਤੀ ਸੁਣੀ ਸੀ ਭਗਤ ਨਾਮਦੇਵ ਜੀ ਦੀ ਕਿ ਉਹ ਬੜੇ ਬੰਦਗੀ ਵਾਲੇ, ਪਰਮੇਸ਼ਰ ਦੇ ਪਿਆਰ ਵਾਲੇ, ਸਤਸੰਗੀ, ਵਿਵੇਕੀ ਪੁਰਖ ਹਨ। ਪਰ ਜਿਵੇਂ ਕਿ ਆਪਾਂ ਇਹਨਾਂ ਸ਼ਬਦਾਂ ਦੇ ਨਾਲ ਸਾਡੇ ਮਨ ਮਸਤਕ ਵਿੱਚ ਜਿਹੜੀ ਤਸਵੀਰ ਬਣ ਜਾਂਦੀ ਹੈ ਵੀ ਆਪਾਂ ਕਿਸੇ ਨੂੰ ਕਹੀਏ ਬੜਾ ਬੰਦਗੀ ਵਾਲਾ ਹੈ, ਤਾਂ ਕਈ ਵਾਰ ਸਾਡੇ ਮਨ ਵਿੱਚ ਖਿਆਲ ਆਉਂਦਾ ਕਿ ਉਹ ਕਿਸੇ ਖਾਸ ਥਾਂ ਦੇ ਉੱਤੇ ਬੈਠ ਕੇ ਲੰਮਾ ਸਮਾਂ ਟਿਕ ਕੇ ਰੱਬ ਰੱਬ ਕਰਦਾ ਹੋਏਗਾ। ਬੰਦਗੀ ਤਾਂ ਹੀ ਹੋ ਸਕਦੀ ਹੈ ਨਾ। ਭਗਤ ਤ੍ਰਿਲੋਚਨ ਜੀ ਮਿਲਣ ਵਾਸਤੇ ਆਏ, ਘਰ ਗਏ, ਘਰਦਿਆਂ ਨੇ ਕਿਹਾ ਜੀ ਉੱਥੇ ਬਾਹਰ ਨਦੀ ਦੇ ਘਾਟ ਉੱਤੇ ਕੱਪੜੇ ਛੰਡ ਰਹੇ ਨੇ, ਧੋ ਰਹੇ ਨੇ, ਤੁਸੀਂ ਉੱਥੇ ਚਲੇ ਜਾਓ। ਮਿਲਣ ਵਾਸਤੇ ਚਲੇ ਗਏ ਭਗਤ ਨਾਮਦੇਵ ਸਾਹਿਬ ਨੂੰ ਨਦੀ ਦੇ ਘਾਟ 'ਤੇ। ਜੋ ਕਿਰਤ ਸੀ ਭਗਤ ਨਾਮਦੇਵ ਸਾਹਿਬ ਦੀ, ਉਹ ਸੀ ਵੱਡੇ ਘਰਾਂ ਦੇ ਬਸਤਰ ਧੋਣੇ, ਸੁਕਾਉਣੇ, ਫਿਰ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਉਣੇ, ਪਾਟੇ ਹੋਏ ਬਸਤਰਾਂ ਨੂੰ ਸੀਣਾ ਔਰ ਨਵੇਂ ਬਸਤਰਾਂ ਦੀ ਸਿਲਾਈ ਕਰਨੀ, ਇਹ ਉਹਨਾਂ ਦੀ ਪਰਿਵਾਰਕ ਕਿਰਤ ਸੀ, ਰੁਜ਼ਗਾਰ ਸੀ। ਭਗਤ ਤ੍ਰਿਲੋਚਨ ਜੀ ਉੱਥੇ ਚਲੇ ਗਏ, ਢੇਰ ਬਸਤਰਾਂ ਦਾ ਲੱਗਾ ਹੋਇਆ, ਰਜਾਈਆਂ ਦੇ ਅੰਬਰੇ ਹਨ, ਉਹ ਕੁਝ ਬਸਤਰ ਛੰਡ ਰਹੇ ਨੇ, ਪੱਥਰ ਦੇ ਉੱਤੇ ਮਾਰ ਮਾਰ ਕੇ ਉਹਨਾਂ ਨੂੰ ਛੰਡ ਰਹੇ ਨੇ, ਅਤੇ ਲਾਗੇ ਕੁਝ ਧੋਤਿਆਂ ਦਾ ਢੇਰ ਲੱਗਾ ਅਤੇ ਕੁਝ ਧੋਣ ਵਾਲਿਆਂ ਦਾ ਢੇਰ ਲੱਗਾ। ਜਾਨੀ ਵੇਖ ਕੇ ਅੰਦਾਜ਼ਾ ਲੱਗ ਸਕਦਾ ਸੀ ਵੀ ਕਾਫ਼ੀ ਲੰਮਾ ਸਮਾਂ ਇਸ ਜਗ੍ਹਾ 'ਤੇ ਖਰਚ ਹੋਏਗਾ ਇਸ ਕੰਮ ਦੇ ਵਿੱਚ, ਏਡੀ ਛੇਤੀ ਇਹ ਕੰਮ ਮੁੱਕਣ ਵਾਲਾ ਨਹੀਂ। ਭਗਤ ਤ੍ਰਿਲੋਚਨ ਜੀ ਨੇ ਜਾ ਕੇ ਮੇਲ ਮਿਲਾਪ ਕੀਤਾ, ਹਾਲ ਚਾਲ ਹੋਇਆ, ਗੱਲਾਂ ਵਿਚਾਰਾਂ ਚੱਲੀਆਂ। ਚਲਦੀ ਹੋਈ ਵਿਚਾਰ ਵਿੱਚ ਭਗਤ ਤ੍ਰਿਲੋਚਨ ਜੀ ਮਹਾਰਾਜ ਨੇ ਨਾਮਦੇਵ ਸਾਹਿਬ ਨੂੰ ਜੋ ਪੁੱਛਿਆ, ਕਬੀਰ ਜੀ ਮਹਾਰਾਜ ਨੇ ਉਸ ਸਵਾਲ ਨੂੰ ਇੱਕ ਸਲੋਕ ਵਿੱਚ ਕਲਮਬੰਦ ਕਰ ਲਿਆ। ਭਗਤ ਤ੍ਰਿਲੋਚਨ ਜੀ ਦੇ ਸਵਾਲ ਦੇ ਜਵਾਬ ਵਿੱਚ ਜੋ ਦੱਸਿਆ ਭਗਤ ਨਾਮਦੇਵ ਸਾਹਿਬ ਮਹਾਰਾਜ ਨੇ, ਉਸ ਨੂੰ ਵੀ ਇੱਕ ਸਲੋਕ ਦੇ ਰੂਪ ਵਿੱਚ ਉਸ ਜਵਾਬ ਨੂੰ ਅੰਕਿਤ ਕਰ ਲਿਆ ਭਗਤ ਕਬੀਰ ਜੀ ਮਹਾਰਾਜ ਨੇ। ਭਗਤੀ ਮਾਰਗ ਦੇ ਉੱਤੇ ਚੱਲਣ ਵਾਲੇ ਜਾਂ ਇਸ ਪਾਸੇ ਦਿਲਚਸਪੀ ਰੱਖਣ ਵਾਲਿਆਂ ਦੇ ਵਿੱਚ ਇਹ ਬੜੀ ਪ੍ਰਚਲਿਤ ਗੱਲ ਸੀ, ਜਿਸ ਨੂੰ ਕਬੀਰ ਜੀ ਮਹਾਰਾਜ ਨੇ ਕਲਮਬੰਦ ਪਹਿਲੀ ਵਾਰ ਕੀਤਾ ਔਰ ਉਹਨਾਂ ਦੇ ਸਲੋਕਾਂ ਵਿੱਚ ਸਵਾਲ ਅਤੇ ਜਵਾਬ ਦੇ ਰੂਪ ਵਿੱਚ ਇਹ ਸੰਵਾਦ ਸਾਡੇ ਕੋਲ ਹੈ। ਵਿਚਾਰਦੇ ਹਾਂ, ਭਗਤ ਤ੍ਰਿਲੋਚਨ ਜੀ ਪੁੱਛਦੇ ਨੇ, ਕਹਿੰਦੇ ਹਨ, ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ। ਤ੍ਰਿਲੋਚਨ ਜੀ ਭਗਤ ਨਾਮਦੇਵ ਸਾਹਿਬ ਦੇ ਅਧਿਆਤਮਕ, ਧਾਰਮਿਕ, ਪਰਮੇਸ਼ਰ ਦੀ ਬੰਦਗੀ ਦੇ ਮਾਰਗ ਦੇ ਮਿੱਤਰ, ਸਤਸੰਗੀ ਮਿੱਤਰ ਬਣ ਕੇ ਉਹਨਾਂ ਨੂੰ ਪੁੱਛਦੇ ਨੇ, ਨਾਮਦੇਵ ਜੀ ਤੁਸੀਂ ਤਾਂ ਬੜੇ ਮਾਇਆ 'ਚ ਗ੍ਰਸੇ ਹੋ,
ਕਿਰਤਕਾਰ ਵਿੱਚ ਉਲਝੇ ਹੋ, ਬਹੁਤ ਜ਼ਿਆਦਾ ਸਮਾਂ ਤੁਹਾਡਾ ਇਸੇ ਕੰਮ ਵਿੱਚ ਹੀ ਖਰਚ ਹੁੰਦਾ ਹੋਏਗਾ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ ਕਾਹੇ ਛੀਪਹੋ ਛਾਇਲੇ। ਛੀਪੋ ਦਾ ਮਤਲਬ ਹੈ ਛੰਡ ਰਹੇ ਹੋ, ਛਾਇਲੇ ਦਾ ਮਤਲਬ ਹੈ ਰਜਾਈਆਂ ਦੇ ਅੰਬਰੇ ਕੱਪੜੇ, ਵੱਡੇ ਕੱਪੜੇ ਪੱਥਰ 'ਤੇ ਮਾਰ ਮਾਰ ਕੇ ਛੰਡੇ ਜਾਂਦੇ ਸਨ। ਰਾਮ ਨਾ ਲਾਵੋ ਚੀਤ, ਤੁਸੀਂ ਆਪਣਾ ਚਿੱਤ, ਆਪਣਾ ਜੀਵਨ, ਆਪਣਾ ਵਜੂਦ ਪਰਮੇਸ਼ਰ ਨਾਲ ਕਿਉਂ ਨਹੀਂ ਜੋੜਦੇ? ਭਾਵ ਤੁਹਾਡੇ ਕੋਲ ਬੰਦਗੀ ਕਰਨ ਦਾ ਸਮਾਂ ਤਾਂ ਬੜਾ ਘੱਟ ਜਾਂਦਾ। ਕੰਮ ਜਿੱਥੇ ਇੰਨਾ ਵਧੀਕ ਹੋਏਗਾ ਉੱਥੇ ਵਿਹਲ ਬੜੀ ਥੋੜ੍ਹੀ ਹੋਏਗੀ, ਅਤੇ ਜਿੱਥੇ ਵਿਹਲ ਨਹੀਂ ਉੱਥੇ ਫਿਰ ਬੰਦਗੀ ਕਿਵੇਂ ਹੁੰਦੀ ਹੈ? ਇਬਾਦਤ ਕਿਵੇਂ ਹੁੰਦੀ ਹੈ? ਰੱਬ ਨੂੰ ਕਿਵੇਂ ਯਾਦ ਕਰਦੇ ਹੋ? ਉਹਦਾ ਅਭਿਆਸ ਕਰਨ ਦਾ ਤਾਂ ਵਕਤ ਬੜਾ ਘੱਟ ਮਿਲਦਾ ਹੋਏਗਾ। ਇਹ ਤਾਂ ਫਿਰ ਮਾਇਆ 'ਚ ਹੀ ਗ੍ਰਸੇ ਜਾਣ ਵਾਲੀ ਗੱਲ ਹੋਈ ਵੀ ਕਿਰਤ ਕਰੀ ਜਾਓ, ਕੰਮ ਕਰੀ ਜਾਓ, ਕਰੀ ਜਾਓ। ਕੰਮ ਤੁਹਾਡਾ ਵਧੀਕ ਸਮਾਂ ਖਰਚ ਕਰੇਗਾ, ਜ਼ਿੰਮੇਵਾਰੀ ਵੱਧ ਜਾਏਗੀ, ਜੰਜਾਲ ਵੱਧ ਜਾਣਗੇ। ਭਗਤ ਨਾਮਦੇਵ ਸਾਹਿਬ ਮਹਾਰਾਜ ਨੇ ਉਹਦਾ ਜੋ ਉੱਤਰ ਦਿੱਤਾ ਹੈ, ਉਹ ਹੈ ਨਾਮਾ ਕਹਿ ਤਿਲੋਚਨਾ ਮੁਖ ਅਤੇ ਰਾਮ ਸੰਭਾਲ। ਨਾਮਦੇਵ ਜੀ ਨੇ ਕਿਹਾ ਤਿਲੋਚਨ ਜੀ, ਕਿਰਤਕਾਰ ਕਰਦਿਆਂ ਵੀ ਬੰਦਗੀ ਇਬਾਦਤ ਪਰਮੇਸ਼ਰ ਦਾ ਨਾਮ ਜਪਿਆ ਸਿਮਰਿਆ ਜਾ ਸਕਦਾ। ਮੁੱਖ ਤੋਂ ਉਸ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ, ਉਹਦੀ ਵਡਿਆਈ ਕਰੀਏ, ਉਹਦੀ ਮਹਿਮਾ ਕਰੀਏ, ਉਹਦੇ ਨਾਮ ਦਾ ਆਸਰਾ ਤੱਕੀਏ। ਇੱਕ ਸ਼ਬਦ ਹੈ ਭਗਤ ਨਾਮਦੇਵ ਸਾਹਿਬ ਦਾ, ਉਹਨਾਂ ਨੇ ਇਸੇ ਭਾਵ ਨੂੰ ਬੜੀ ਤਫਸੀਲ ਦੇ ਨਾਲ, ਜਿਹਨੂੰ ਆਪਾਂ ਕਹਿੰਦੇ ਹਾਂ ਬਹੁਤ ਖੋਲ੍ਹ ਕੇ ਵਿਆਖਿਆਤਮਕ ਤਰੀਕੇ ਨਾਲ ਦੱਸਿਆ, ਜਿਸ ਵਿੱਚ ਉਹ ਦੱਸਦੇ ਹਨ, ਆਨੀਲੇ ਕਾਗਦ ਕਾਟੀਲੇ ਗੂਡੀ ਆਕਾਸ਼ ਮੱਧੇ ਪਰਮੀਅਲੇ ਪੰਚ ਜਨਾ ਸਿਉਂ ਬਾਤ ਬਤਾਊਆ ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਨੇ ਬੱਚੇ ਨਾ ਕਾਗਜ਼ ਲਿਆ ਕੇ ਆਪੇ ਪਤੰਗ ਬਣਾਉਂਦੇ ਸਨ, ਪਿੰਡਾਂ ਦੇ ਲੋਕ ਬੱਚੇ ਪਤੰਗ ਬਣਾਈ, ਉਹਨੂੰ ਤਲਾਵਾਂ ਪਾਈਆਂ ਅਤੇ ਉਹਨੂੰ ਆਕਾਸ਼ ਵਿੱਚ ਉਡਾ ਲਿਆ। ਗੁੱਡੀ ਅਸਮਾਨ ਦੇ ਵਿੱਚ ਚੜ੍ਹੀ ਹੋਈ ਹੈ, ਚਾਰ ਪੰਜ ਬੱਚੇ ਇਕੱਠੇ ਹੋਏ, ਉਹ ਜਿਹਦੇ ਹੱਥ ਵਿੱਚ ਡੋਰ ਹੈ ਨਾ ਪਤੰਗ ਦੀ, ਉਹ ਇੱਕ ਪਾਸੇ 'ਤੇ ਜਿੰਨੀ ਕੁ ਲੋੜ ਪੈਂਦੀ ਉਹਨੂੰ ਖਿੱਚ ਦਿੰਦਾ ਹੈ ਅਤੇ ਜਿੰਨੀ ਕੁ ਲੋੜ ਪੈਂਦੀ ਉਹਨੂੰ ਢਿੱਲ ਦਿੰਦਾ ਹੈ। ਪਤੰਗ ਉਡਾਉਣ ਦਾ ਤਰੀਕਾ ਹੀ ਇਹ ਹੈ। ਨਾਲ ਉਹਦੇ ਦੋਸਤ ਮਿੱਤਰ ਚਾਰ ਪੰਜ ਹੋਰ ਨੇ, ਉਹਨਾਂ ਦੇ ਨਾਲ ਗੱਲਾਂ ਵੀ ਕਰਦਾ ਹੈ, ਹਾਸਾ ਠੱਠਾ ਵੀ ਕਰਦਾ ਹੈ, ਸਲਾਹ ਵੀ ਲੈਂਦਾ ਹੈ, ਗੱਲਾਂ ਵਿੱਚ ਬੜਾ ਮਸ਼ਰੂਫ ਹੈ। ਪਰ ਉਹਨਾਂ ਨਾਲ ਗੱਲਾਂ ਕਰਦਾ, ਠਖੇਲੀਆਂ ਕਰਦਿਆਂ, ਹੱਸਦਿਆਂ ਖੇਡਦਿਆਂ, ਉਹਦੀ ਸੁਰਤ ਜਿਹੜੀ ਉਹ ਡੋਰੀ ਦੇ ਵਿੱਚ ਲੱਗੀ ਹੋਈ ਹੈ ਵੀ ਕਦੋਂ ਕੁ ਢਿੱਲੀ ਛੱਡਣੀ ਹੈ, ਕਦੋਂ ਕੁ ਖਿੱਚਣੀ ਹੈ, ਦੂਜੀ ਪਤੰਗ ਮੇਰੀ ਪਤੰਗ ਨੂੰ ਕੱਟ ਨਾ ਜਾਏ, ਮੇਰੀ ਪਤੰਗ ਹੋਰ ਉੱਚੀ ਚਲੀ ਜਾਏ, ਇਹ ਸਾਰਾ ਕੁਝ ਜੋ ਇੱਕ ਖੇਡ ਦੇ ਵਿੱਚ ਹੁੰਦਾ ਹੈ। ਭਗਤ ਨਾਮਦੇਵ ਸਾਹਿਬ ਕਹਿੰਦੇ, ਆਨੀਲੇ ਕਾਗਦ ਕਾਟੀਲੇ ਗੂਡੀ ਆਕਾਸ਼ ਮੱਧੇ ਪਰਮੀਅਲੇ ਪੰਚ ਜਨਾ ਸਿਉਂ ਬਾਤ ਬਤਾਊਆ। ਉਹ ਆਸੇ ਪਾਸੇ ਹੋਰ ਮਿੱਤਰਾਂ ਨਾਲ ਗੱਲਬਾਤ ਵੀ ਕਰਦੇ, ਹੱਸਦੇ ਖੇਡਦੇ ਨੇ, ਪਰ ਚੀਤ ਸੁਡੋਰੀ ਰਾਖੀ ਲਈ, ਚਿੱਤ ਜਿਹੜਾ ਉਹ ਡੋਰ ਦੇ ਵਿੱਚ ਹੈ। ਫਿਰ ਫੁਰਮਾਇਆ, ਮਨ ਰਾਮ ਨਾਮਾ ਬੇਧੀਅਲੇ ਜੈਸੇ ਕਨਕ ਕਲਾ ਚਿਤ ਮਾਂਡੀਅਲੇ। ਕਹਿੰਦੇ ਆਪਣੇ ਮਨ ਨੂੰ ਉਸ ਪਰਮੇਸ਼ਰ ਦੇ ਨਾਮ ਨਾਲ ਇੱਕ ਸੁਰਤਾ ਦੇ ਵਿੱਚ ਲਿਆਓ, ਇਹ ਮਨ ਦਾ ਅਭਿਆਸ ਬਣ ਜਾਏ। ਜਿਸ ਵੇਲੇ ਬੰਦਗੀ ਜਿਹੜੀ ਹੈ, ਜਿੰਨਾ ਚਿਰ ਮਨ ਦਾ ਅਭਿਆਸ ਨਹੀਂ, ਉਹ ਬਾਹਰ ਦੇ ਯਤਨ ਜਿਹੜੇ ਨੇ ਉਹ ਫਿਰ ਪੂਰੇ ਕਾਰਗਰ ਸਾਬਤ ਨਹੀਂ ਹੁੰਦੇ।
ਕਿਉਂਕਿ ਸਰੀਰ ਦੇ ਰਾਹੀਂ ਜਿਹੜਾ ਅਸੀਂ ਅਭਿਆਸ ਕਰਨਾ ਉਹ ਕਰਨਾ ਤਾਂ ਮਨ ਵਾਸਤੇ, ਮੰਨ ਲਓ ਸਰੀਰਕ ਤੌਰ 'ਤੇ ਸਤਸੰਗਤ ਵਿੱਚ ਬੈਠੇ ਹਾਂ, ਕੇਵਲ ਸਰੀਰ ਦਾ ਸਮਾਂ ਹੀ ਥੋੜ੍ਹਾ ਖਰਚ ਕਰਨਾ। ਇਸ ਅਭਿਆਸ ਦੇ ਨਾਲ ਸੰਬੰਧ ਮਨ ਦਾ ਬੰਦਗੀ ਦੇ ਨਾਲ ਬਣਾਉਣਾ, ਸੁਰਤ ਦਾ ਬੰਦਗੀ ਦੇ ਨਾਲ ਬਣਾਉਣਾ। ਸਰੀਰ ਨੂੰ ਤਾਂ ਟੂਲ ਵਾਂਗ ਅਸੀਂ ਯੂਜ਼ ਕਰਨਾ, ਵੀ ਬੈਠੇ ਹਾਂ, ਉਪਦੇਸ਼ ਸੁਣਦੇ ਹਾਂ, ਪੜ੍ਹਦੇ ਹਾਂ, ਗਾਉਂਦੇ ਹਾਂ, ਵਿਚਾਰਦੇ ਹਾਂ, ਇਹ ਸਾਰੇ ਦਾ ਸਾਰਾ ਸੁਣਿਆ ਜਾਣਾ ਤਾਂ ਮਨ ਕੋਲ ਹੈ। ਜੇ ਅਸੀਂ ਮਨ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਗਏ ਤਾਂ ਸਾਡਾ ਬੈਠਣਾ, ਪੜ੍ਹਨਾ, ਗਾਉਣਾ, ਸੁਣਨਾ ਸਫਲ ਹੋਇਆ। ਜੇ ਮਨ ਤੱਕ ਸੁਣਿਆ ਨਾ ਪਹੁੰਚਿਆ, ਜੇ ਮਨ ਤੱਕ ਇਹ ਖੁਰਾਕ ਨਾ ਪਹੁੰਚੀ, ਤਾਂ ਫਿਰ ਇਹ ਕਾਰਗਰ ਸਾਬਤ ਨਹੀਂ ਹੋਏਗਾ, ਫਾਇਦੇਮੰਦ ਨਹੀਂ ਹੋਏਗਾ, ਉਨਾ ਲਾਭ ਨਹੀਂ ਦੇਵੇਗਾ ਜਿੰਨਾ ਕੁ ਸਾਨੂੰ ਲਾਭ ਮਿਲਣਾ ਚਾਹੀਦਾ। ਭਗਤ ਨਾਮਦੇਵ ਸਾਹਿਬ ਨੇ ਕਿਹਾ, ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਣਕ ਕਲਾ ਚਿਤ ਮਾਂਡੀ ਅਲੇ। ਕਣਕ ਕਹਿੰਦੇ ਨੇ ਸੋਨੇ ਨੂੰ, ਸੁਨਿਆਰ ਦੀ ਦੁਕਾਨ ਹੈ, ਉਹ ਸੋਨੇ ਦਾ ਗਹਿਣਾ ਕਰ ਰਿਹਾ ਸੀ, ਉਹਦੀ ਕਢਾਈ ਕਰ ਰਿਹਾ। ਗਾਹਕ ਆਏ, ਨਵੇਂ ਗਹਿਣੇ ਵੀ ਉਹਨੇ ਘੜਨੇ ਨੇ ਜਿਨ੍ਹਾਂ ਨੇ ਆਰਡਰ ਦਿੱਤਾ। ਗਾਹਕ ਆ ਰਹੇ ਨੇ, ਉਹ ਆ ਕੇ ਕਹਿੰਦੇ ਜੀ ਮੈਨੂੰ ਇਹ ਵਿਖਾਓ। ਇੱਕ ਹੋਰ ਗਾਹਕ ਆ ਗਿਆ, ਦੋ ਮਿੰਟ ਬਾਅਦ, ਤਿੰਨ ਮਿੰਟ ਬਾਅਦ, ਦੋ ਤਿੰਨ ਗਾਹਕ ਬੈਠੇ ਨੇ। ਉਹ ਤਿੰਨਾਂ ਚੌਂ ਗਾਹਕਾਂ ਨੂੰ, ਕੋਈ ਉਹ ਗਾਹਕ ਕੁਝ ਮੰਗਦਾ, ਕੋਈ ਕੁਝ ਮੰਗਦਾ, ਉਹਨਾਂ ਨੂੰ ਉਹ ਚੀਜ਼ਾਂ ਵੀ ਵਿਖਾਈ ਜਾਂਦਾ, ਰੇਟ ਦੱਸੀ ਜਾਂਦਾ, ਗੱਲ ਕਰੀ ਜਾਂਦਾ, ਪੁੱਛੀ ਜਾਂਦਾ ਤੁਹਾਨੂੰ ਕੀ ਚਾਹੀਦਾ, ਜਿਸ ਤਰ੍ਹਾਂ ਗਾਹਕ ਨਾਲ ਡੀਲ ਕਰਨੀ ਬਣਦੀ ਹੈ। ਪਰ ਨਾਲ ਨਾਲ ਉਹ ਆਪਣਾ ਗਹਿਣਾ ਵੀ ਘੜੀ ਜਾਂਦਾ। ਦੋ ਤਿੰਨ ਗਾਹਕਾਂ ਨਾਲ ਗੱਲਬਾਤ ਵੀ ਹੋ ਰਹੀ ਹੈ, ਪਰ ਉਹਦਾ ਚਿੱਤ ਜਿਹੜਾ ਨਾ, ਖਿਆਲ ਜਿਹੜਾ, ਉਹਦੀ ਲਗਨ ਜਿਹੜੀ, ਉਹ ਜਿਹੜਾ ਹੱਥ ਵਿੱਚ ਉਹਦੇ ਗਹਿਣਾ ਜਿਹੜਾ ਉਹਨੂੰ ਜਿਹਨੂੰ ਉਹ ਘੜ ਰਿਹਾ ਨਾ, ਉਹਦੇ 'ਚ ਲੱਗੀ ਵੀ ਇਹ ਗਲਤ ਨਾ ਹੋ ਜਾਏ, ਜਿਸ ਤਰ੍ਹਾਂ ਦਾ ਮੈਂ ਬਣਾ ਕੇ ਦੇਣਾ ਉਸ ਤਰ੍ਹਾਂ ਦਾ ਹੀ ਬਣੇ। ਇਹ ਨਾ ਹੋਵੇ ਮੈਂ ਗੱਲਾਂ ਵਿੱਚ ਰੁੱਝ ਜਾਵਾਂ ਅਤੇ ਇੱਧਰ ਕੁਝ ਹੋਰ ਹੀ ਬਣ ਜਾਏ, ਕੋਈ ਮਿਸਟੇਕ, ਕੋਈ ਗਲਤੀ ਨਾ ਹੋਵੇ। ਭਗਤ ਨਾਮਦੇਵ ਸਾਹਿਬ ਕਹਿੰਦੇ ਜਿਵੇਂ ਉਹ ਸੂਝਵਾਨ ਸੁਨਿਆਰ ਗਾਹਕਾਂ ਨਾਲ ਵੀ ਡੀਲ ਕਰ ਰਿਹਾ ਅਤੇ ਨਾਲ ਦੀ ਨਾਲ ਉਹ ਗਹਿਣਾ ਵੀ ਘੜ ਰਿਹਾ, ਇਸੇ ਤਰ੍ਹਾਂ ਹੀ ਮਨ ਪਰਮੇਸ਼ਰ ਦੀ ਯਾਦ ਵਿੱਚ ਹੋਵੇ ਅਤੇ ਤਨ ਜਿਹੜਾ ਉਹ ਸੰਸਾਰ ਨਾਲ ਡੀਲ ਕਰ ਰਿਹਾ ਹੋਵੇ। ਤਨ ਦੇ ਨਾਲ ਵਿਹਾਰ ਵੀ ਕੀਤੇ ਜਾਣ, ਮਨ ਅਤੇ ਸੁਰਤ ਪਰਮੇਸ਼ਰ ਦੀ ਯਾਦ ਵਿੱਚ ਇੱਕ ਸੁਰ ਹੋਵੇ। ਫਿਰ ਅਗਲੀ ਉਦਾਹਰਣ ਦਿੱਤੀ, ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀ ਲੈ। ਪੁਰਾਣੇ ਸਮੇਂ ਵਿੱਚ ਖੂਹਾਂ ਤੋਂ ਜਲ ਭਰ ਕੇ ਲਿਆਂਦਾ ਜਾਂਦਾ ਸੀ ਭਾਂਡਿਆਂ ਦੇ ਵਿੱਚ, ਸਵਾਣੀਆਂ ਕੁੜੀਆਂ ਜਾਂਦੀਆਂ ਸਨ, ਦੋ ਦੋ ਤਿੰਨ ਤਿੰਨ ਘੜੇ ਵੀ ਉਹ ਸਿਰ ਦੇ ਉੱਤੇ ਹੇਠ ਉੱਤੇ ਰੱਖ ਲੈਂਦੀਆਂ ਸਨ। ਉਹ ਗਈਆਂ ਪਾਣੀ ਦੀਆਂ ਗਾਗਰਾਂ, ਜਲ, ਕੁੰਭ ਉਹਨਾਂ ਨੇ ਭਰੇ, ਘੜੇ ਭਰੇ, ਸਿਰ ਦੇ ਉੱਤੇ ਰੱਖੇ, ਦੋ ਦੋ ਕਿਸੇ ਨੇ ਛੋਟੇ ਘੜੇ ਨੇ ਤਿੰਨ ਤਿੰਨ ਸਿਰ 'ਤੇ ਟਿਕਾਏ, ਹੱਥ ਵੀ ਛੱਡ ਲੈਂਦੀਆਂ ਸਨ, ਸਰੀਰ ਦਾ ਬੈਲੈਂਸ ਬਣਾ ਕੇ ਹੱਥ ਨਹੀਂ ਪਾਏ, ਤੁਰੀਆਂ ਆਉਂਦੀਆਂ ਨੇ, ਆਪਸ ਵਿੱਚ ਹੱਸਦੀਆਂ ਖੇਡਦੀਆਂ ਗੱਲਾਂ ਕਰਦੀਆਂ ਨੇ, ਪਰ ਧਿਆਨ ਉਹਨਾਂ ਦਾ ਸਿਰ ਦੇ ਉੱਤੇ ਰੱਖੀਆਂ ਹੋਈਆਂ ਗਾਗਰਾਂ ਦੇ ਵਿੱਚ ਹੈ, ਸਿਰ ਦੇ ਉੱਤੇ ਰੱਖੇ ਹੋਏ ਘੜਿਆਂ ਦੇ ਵਿੱਚ ਹੈ। ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀਏ। ਫਿਰ ਅਗਲੀ ਉਦਾਹਰਣ ਦਿੱਤੀ, ਮੰਦਰ ਏਕ ਦੁਆਰ ਦੱਸ ਜਾ ਕੇ ਗਊ ਚਰਾਵਨ ਛਾਡੀਏ ਲੇ, ਪਾਂਚ ਕੋਸ ਪਰ ਗਊ ਚਰਾਵਤ ਚੀਤ ਸੁਬਛਰਾ ਰਾਖੀਏ ਲੇ।
ਗਵਾਲਾ ਜਿਹੜਾ ਉਹ ਗਾਵਾਂ ਨੂੰ ਖੋਲ੍ਹ ਕੇ ਲੈ ਗਿਆ, ਵੱਛੇ ਵਛੜੇ ਛੋਟੇ ਸਨ ਉਹ ਘਰੇ ਹੀ ਰਹੇ। ਦੂਰ ਤੱਕ ਉਹ ਗਾਵਾਂ ਨੂੰ ਚਾਰਦਾ, ਪਰ ਗਾਵਾਂ ਚਰਦੀਆਂ ਹੋਈਆਂ ਵੀ ਧਿਆਨ ਆਪਣੇ ਵਛੜਿਆਂ ਵਿੱਚ ਰੱਖਦੀਆਂ ਨੇ। ਇਸੇ ਤਰ੍ਹਾਂ ਕਬੀਰ ਭਗਤ ਨਾਮਦੇਵ ਸਾਹਿਬ ਜੀ ਮਹਾਰਾਜ ਨੇ ਕਿਹਾ, ਮੰਦਰ ਏਕ ਦੁਆਰ ਦੱਸ ਜਾ ਕੇ। ਇਹ ਸਰੀਰ ਵੀ ਇਸੇ ਤਰ੍ਹਾਂ ਦਾ ਇੱਕ ਮੰਦਰ ਹੈ, ਇਹਦੇ 10 ਦੁਆਰੇ, 10 ਗੋਲਕਾਂ ਨੇ, ਇੰਦਰੇ ਨੇ, 5 ਗਿਆਨ ਇੰਦਰੇ, 5 ਕਰਮ ਇੰਦਰੇ। ਪਰ ਮਨ ਜਿਹੜਾ ਉਹ ਪਰਮੇਸ਼ਰ ਦੀ ਯਾਦ ਵਿੱਚ ਹੋਵੇ। ਇਸ ਸਰੀਰ ਦੇ ਵਿੱਚ, ਬਹੁ ਰੰਗੀ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ, ਕਹਿਤ ਨਾਮ ਦਿਓ ਸੁਨੋ ਤਿਲੋਚਨ, ਬਾਲਕ ਪਾਲਨ ਪੌਡੀ ਅਲੇ। ਭਗਤ ਨਾਮਦੇਵ ਸਾਹਿਬ ਮਹਾਰਾਜ ਨੇ ਕਿਹਾ, ਹੇ ਤਿਲੋਚਨ ਮਿੱਤਰ ਸੁਣੋ, ਬੱਚੇ ਨੂੰ ਪੰਘੂੜੇ ਵਿੱਚ ਪਾ ਕੇ ਸਵਾਂ ਦਿੰਦੀ ਹੈ ਮਾਤਾ, ਉਹਨੂੰ ਝੂਟੇ ਦਿੰਦੀ ਹੈ, ਕਿਰਤਕਾਰ ਕਰਦੀ, ਘਰ ਦਾ ਕੰਮ ਵੀ ਉਹ ਕਰੀ ਜਾਂਦੀ ਹੈ, ਅੰਤਰ ਬਾਹਰ ਕਾਜ ਵਿਰੋਧੀ, ਕਦੇ ਉਹ ਘਰ ਦੇ ਅੰਦਰ ਕੋਈ ਕੰਮ ਹੈ, ਕੋਈ ਬਾਹਰ ਕੰਮ ਹੈ, ਵਿਹੜੇ 'ਚ ਹੈ, ਵੀਹੀ 'ਚ ਚਲੀ ਗਈ, ਗੁਆਂਢੀਆਂ ਵੱਲ ਗੱਲਬਾਤ ਹੋਈ, ਇਹ ਘਰ ਦੇ ਕੰਮਾਂ ਵਿੱਚ ਵੀ ਉਹ ਬਿਜ਼ੀ ਹੈ, ਰੁੱਝੀ ਹੋਈ ਹੈ, ਪਰ ਉਹਦਾ ਧਿਆਨ ਬੱਚੇ ਦੇ ਵਿੱਚ ਹੈ ਵੀ ਉੱਠ ਨਾ ਪਵੇ, ਰੋ ਨਾ ਪਵੇ, ਡਿੱਗ ਨਾ ਪਵੇ। ਵਾਰ ਵਾਰ ਉਹ ਕਈ ਵਾਰ ਵਿੱਚੋਂ ਸਮਾਂ ਕੱਢ ਕੇ ਅਤੇ ਉਸ ਪੰਘੂੜੇ ਵੱਲ ਨੂੰ ਜਾਂਦੀ ਹੈ ਅਤੇ ਆਪਣੇ ਬੱਚੇ ਨੂੰ ਵਹਿੰਦੀ ਹੈ। ਜਦੋਂ ਕੰਮ ਵੀ ਕਰ ਰਹੀ ਹੁੰਦੀ, ਉਦੋਂ ਉਹਦੀ ਲਗਨ ਜਿਹੜੀ ਹੈ, ਧਿਆਨ ਜਿਹੜਾ, ਸੁਰਤ ਜਿਹੜੀ ਹੈ, ਉਸ ਬੱਚੇ ਵੱਲ ਲੱਗੀ ਹੋਈ ਹੈ। ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਅਲੇ। ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਮੈਂ ਸੱਚੇ ਪਰਮੇਸ਼ਰ ਦੇ ਨਾਲ ਮੇਰੇ ਮਨ ਦੀ ਲਗਨ ਹੈ, ਲੋਕਾਂ ਦੇ ਨਾਲ ਮੇਰਾ ਵਿਹਾਰ ਚੱਲਦਾ, ਗੱਲਬਾਤ ਕਰਦਿਆਂ ਵੀ ਮੇਰੀ ਸੁਰਤ ਪਰਮੇਸ਼ਰ ਦੇ ਪ੍ਰੇਮ ਵਿੱਚ, ਉਹਦੀ ਯਾਦ ਵਿੱਚ, ਉਹਨੂੰ ਹਾਜ਼ਰ ਨਾਜ਼ਰ ਸਮਝਦੀ ਹੈ। ਇਸੇ ਕਰਕੇ ਸਰੀਰ ਦੇ ਰਾਹੀਂ ਵੀ ਨੇਕ ਅਮਲ ਹੀ ਹੁੰਦੇ ਨੇ, ਕਿਉਂਕਿ ਨੇਕ ਅਮਲ ਤਦ ਹੋਣਗੇ ਜੇ ਅੰਦਰ ਅਹਿਸਾਸ ਪਰਮੇਸ਼ਰ ਦੇ ਕੋਲ ਹੋਣ ਦਾ ਹੋਏਗਾ, ਵੀ ਉਹ ਸਦਾ ਮੈਨੂੰ ਵੇਖ ਰਿਹਾ, ਮੇਰੇ ਅੰਗ ਸੰਗ ਹੈ, ਮੇਰੇ ਕੋਲ ਹੈ, ਮੈਂ ਉਹਦੀ ਹਜ਼ੂਰੀ ਵਿੱਚ ਹਾਂ। ਇਵੇਂ ਅਦਬੋ ਅਦਾਬ ਨਾਲ ਬੰਦਾ ਸੰਸਾਰ 'ਚ ਵਿਚਰਦਾ, ਉਹਦੀ ਭੈ ਭਾਵਨੀ 'ਚ ਵਿਚਰਦਾ। ਸੁਗਰੀਬ ਨਿਵਾਜ ਕਹਿੰਦੇ ਨੇ, ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਅਸੀਂ ਆਪਣੀ ਕਿਰਤਕਾਰ ਕਰੀਏ, ਕਾਰਜ ਕਰੀਏ, ਫਰਜ਼ ਨਿਭਾਈਏ, ਜ਼ਿੰਮੇਵਾਰੀਆਂ ਪੂਰੀਆਂ ਕਰੀਏ, ਅਤੇ ਚਿੱਤ ਜਿਹੜਾ ਉਹ ਮਾਇਆ ਤੋਂ, ਮਾਇਆ ਦੀ ਕਾਲਖ ਤੋਂ ਮੁਕਤ ਪਰਮੇਸ਼ਰ ਦੀ ਯਾਦ ਵਿੱਚ ਹੋਵੇ। ਇਹ ਦੋ ਸਲੋਕ ਸੰਪਾਦਕ ਨੇ। ਤਿਲੋਚਨ ਜੀ ਨੇ ਪ੍ਰਸ਼ਨ ਕੀਤਾ, ਭਗਤ ਨਾਮਦੇਵ ਸਾਹਿਬ ਜੀ ਨੇ ਉੱਤਰ ਦਿੱਤਾ। ਇਹ ਭਗਤੀ ਮਾਰਗ ਹੈ, ਯਾਨੀ ਕਿਰਤ ਕਰਦਿਆਂ ਵੀ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿਣਾ, ਪਰਮੇਸ਼ਰ ਦੇ ਪ੍ਰੇਮ ਵਿੱਚ ਇੱਕ ਸੁਰਤਾ, ਸੁਰਤ ਔਰ ਮਨ ਦੀ ਬਣੇ, ਤਨ ਆਪਣੀ ਕਿਰਤ ਕਰੇ, ਤਨ ਆਪਣੀ ਜ਼ਰੂਰਤ ਪੂਰੀ ਕਰਨ ਵਾਸਤੇ ਯਤਨਸ਼ੀਲ ਹੋਵੇ। ਅਗਲਾ ਸਲੋਕ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਹੈ। ਉਹਨਾਂ ਨੇ ਇਹਨਾਂ ਦੋਨਾਂ ਸਲੋਕਾਂ ਦੇ ਨਾਲ ਇੱਕ ਹੋਰ ਖਿਆਲ ਐਡ ਕੀਤਾ। ਉਹ ਐਡ ਕੀ ਕੀਤਾ? ਹਜ਼ੂਰ ਕਹਿੰਦੇ ਨੇ, ਮਹੱਲਾ ਪੰਜਵਾਂ, ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂੰ ਕੇ ਨਾਹੇ।
ਠੀਕ ਹੈ ਆਪਾਂ ਕਿਰਤਕਾਰ ਸਰੀਰ ਨਾਲ ਕਰਨੀ ਹੈ, ਪਰ ਇੱਕ ਸੱਚ ਸਦਾ ਹੀ ਸੁਰਤ ਵਿੱਚ ਰੱਖਣਾ ਵੀ ਨਾ ਕੋਈ ਸਦਾ ਵਾਸਤੇ ਸਾਡੇ ਨਾਲ ਨਿਭ ਸਕਦਾ ਹੈ ਅਤੇ ਨਾ ਸਦਾ ਵਾਸਤੇ ਅਸੀਂ ਕਿਸੇ ਨਾਲ ਨਿਭ ਸਕਦੇ ਹਾਂ। ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਹਨ, ਇਹ ਸਾਕ ਸੰਬੰਧ ਰਿਸ਼ਤੇ ਨਾਤੇ ਪਦਾਰਥ ਇਹ ਅਟੈਚਮੈਂਟ ਉਨਾ ਚਿਰ ਹੈ। ਔਰ ਕਈ ਵਾਰ ਤਾਂ ਸਰੀਰ ਅਜੇ ਸਾਥ ਦਿੰਦਾ ਹੈ, ਜਾਨ ਹੈ, ਜ਼ਿੰਦਗੀ ਹੈ, ਜ਼ਿੰਦਗੀ ਹੁੰਦਿਆਂ ਹੋਇਆਂ ਵੀ ਇਹ ਸੰਬੰਧ ਟੁੱਟ ਜਾਂਦੇ ਨੇ। ਇਕੱਲਾ ਇਹ ਨਹੀਂ ਵੀ ਬੰਦਾ ਜੇ ਪ੍ਰਾਣ ਜਦੋਂ ਨਿਕਲੇ ਤਦੋਂ ਹੀ ਸੰਬੰਧ ਟੁੱਟੇ, ਜਿਉਂਦਿਆਂ ਵੀ ਟੁੱਟ ਜਾਂਦੇ ਨੇ। ਕਿੰਨੇ ਰਿਸ਼ਤੇ ਹਨ, ਕਿੰਨੇ ਨਾਤੇ ਹਨ, ਕਿੰਨੇ ਸਾਕ ਅੰਗ ਹਨ, ਕਿੰਨੀਆਂ ਸਾਂਝਾਂ ਹਨ ਜਿਹੜੀਆਂ ਜਿਉਂਦੀਆਂ ਹੀ ਇੱਧਰੋਂ ਉੱਧਰ ਬਦਲਦੀਆਂ ਰਹਿੰਦੀਆਂ ਨੇ। ਜੋ ਸਾਡਾ ਮਿੱਤਰ ਹੈ ਵੈਰੀ ਹੋ ਜਾਂਦਾ, ਜੋ ਵੈਰੀ ਹੈ ਮਿੱਤਰ ਹੋ ਜਾਂਦਾ, ਸਾਡੇ ਨਾਲ ਵਰਤਣ ਵਾਲਾ ਕਿਸੇ ਨਾਲ ਵਰਤਦਾ ਹੈ, ਕਿਸੇ ਨਾਲ ਵਰਤਣ ਵਾਲਾ ਸਾਡੇ ਨਾਲ ਵਰਤਦਾ ਹੈ, ਫਿਰ ਉਹ ਵੀ ਚੱਲਿਆ ਜਾਂਦਾ, ਕੋਈ ਨਵਾਂ ਆ ਜਾ, ਇਹ ਸੰਬੰਧ ਜੀਵਨ ਦੇ ਇਸ ਤਰ੍ਹਾਂ ਵੀ ਨਿਭਦੇ ਨੇ। ਕੋਈ ਪਦਾਰਥ ਸਾਡੇ ਕੋਲ ਕਿੰਨਾ ਸਮਾਂ ਰਹਿੰਦਾ, ਅਸੀਂ ਉਹਨੂੰ ਵਰਤਦੇ ਹਾਂ, ਮਿਲਦਾ ਰਹਿੰਦਾ, ਫਿਰ ਕਿਸੇ ਕਾਰਨ ਨਹੀਂ ਵੀ ਮਿਲਦਾ, ਫਿਰ ਉਸ ਪਦਾਰਥ ਤੋਂ ਬਿਨਾਂ ਵੀ ਸਮਾਂ ਟਪਾਉਣਾ ਪੈਂਦਾ, ਉਹਦੇ ਤੋਂ ਬਿਨਾਂ ਵੀ ਲੋੜ ਪੂਰੀ ਕਰਨੀ ਪੈਂਦੀ ਹੈ, ਉਹਦੇ ਤੋਂ ਬਿਨਾਂ ਵੀ ਵਕਤ ਕੱਢਣਾ ਪੈਂਦਾ। ਕੋਈ ਸਾਧਨ ਹੈ, ਕੋਈ ਨਹੀਂ ਹੈ, ਕਿਸੇ ਵੇਲੇ ਮਿਲ ਜਾਂਦਾ, ਕਿਸੇ ਵੇਲੇ ਨਹੀਂ ਮਿਲਦਾ, ਇਸ ਤਰ੍ਹਾਂ ਦਾ ਉਤਰਾਅ ਚੜ੍ਹਾਅ ਜੀਵਨ ਵਿੱਚ ਚੱਲਦਾ ਰਹਿੰਦਾ। ਸਦਾ ਵਾਸਤੇ ਕੋਈ ਸਾਡੇ ਨਾਲ ਨਹੀਂ ਨਿਭਦਾ ਅਤੇ ਸਦਾ ਵਾਸਤੇ ਅਸੀਂ ਵੀ ਕਿਸੇ ਦੇ ਨਾਲ ਨਹੀਂ ਨਿਭ ਸਕਦੇ। ਹਾਲਾਂਕਿ ਮਨੁੱਖ ਦੂਜੇ ਨੂੰ ਦੋਸ਼ ਦਿੰਦਾ ਜੀ ਉਹ ਮੇਰੇ ਨਾਲ ਨਹੀਂ ਨਿਭਦਾ, ਸੱਚਾਈ ਹੈ ਵੀ ਅਸੀਂ ਵੀ ਨਹੀਂ ਨਿਭ ਸਕਦੇ ਸਦਾ ਲਈ। ਇਹ ਸਾਰਿਆਂ ਦੇ ਉੱਤੇ ਲਾਗੂ ਹੁੰਦਾ, ਸਾਡੇ 'ਤੇ ਵੀ, ਦੂਜੇ 'ਤੇ ਵੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵੀ ਜੀਵਨ ਜਿਉਂਦਿਆਂ ਕਿਰਤਕਾਰ ਕਰਦਿਆਂ ਇਹ ਜ਼ਰੂਰ ਚੇਤੇ ਵਿੱਚ ਰੱਖਣਾ ਵੀ ਇਹ ਸਾਂਝਾਂ ਜਿਹੜੀਆਂ ਪਦਾਰਥਕ ਨੇ, ਇਹ ਸਾਂਝਾਂ ਜਿਹੜੀਆਂ ਬਾਹਰੀ ਨੇ, ਸਰੀਰ ਨਾਲ ਜੁੜੀਆਂ ਹੋਈਆਂ ਨੇ, ਇਹ ਉਨਾ ਚਿਰ ਨੇ ਜਿੰਨਾ ਚਿਰ ਸਰੀਰ ਹੈ, ਜਿੰਨਾ ਚਿਰ ਦੇਹੀ ਹੈ, ਇਹ ਸਦਾ ਵਾਸਤੇ ਨਹੀਂ ਹਨ। ਇਸ ਕਰਕੇ ਇਹਨਾਂ ਦੀ ਲਿਮਿਟ ਨੂੰ ਧਿਆਨ ਵਿੱਚ ਰੱਖਣਾ। ਪਦਾਰਥ ਅੱਜ ਹੈ ਕੱਲ੍ਹ ਨਹੀਂ ਹੋਏਗਾ, ਕੋਈ ਰਿਸ਼ਤਾ ਨਾਤਾ ਅੱਜ ਹੈ ਕੱਲ੍ਹ ਨਹੀਂ ਵੀ ਹੋਏਗਾ, ਦੇਹੀ ਸਰੀਰ ਅੱਜ ਹੈ ਕੱਲ੍ਹ ਨਹੀਂ ਵੀ ਹੋਏਗੀ। ਇਹ ਜਾਨੀ ਸੰਬੰਧ ਜਿਹੜੇ ਹਨ ਥੋੜ ਵਿਤੇ ਥੋੜੇ ਵਕਤ ਦੇ, ਥੋੜੇ ਸਮੇਂ ਦੇ ਹਨ। ਇਸ ਨੂੰ ਡਿਫਾਈਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਹਵਾਲੇ, ਬੜੀਆਂ ਉਦਾਹਰਨਾਂ ਮਹਾਰਾਜ ਨੇ ਦਿੱਤੀਆਂ ਨੇ। ਹਰ ਚੰਦੌਰੀ ਪੇਖ ਸੱਚ ਕਰ ਮਾਨਿਆ, ਵੀ ਹਰ ਚੰਦੌਰੀ ਵਰਗੀ ਖੇਡ ਹੈ, ਵੀ ਤੈਨੂੰ ਪ੍ਰਤੀਤ ਹੁੰਦਾ ਵੀ ਸੱਚ ਹੈ, ਪਰ ਇਹ ਉਸ ਤਰ੍ਹਾਂ ਦਾ ਸੱਚ ਨਹੀਂ ਜਿਸ ਤਰ੍ਹਾਂ ਦਾ ਤੂੰ ਮੰਨਦਾ ਹੈ। ਹੁਣ ਠੀਕ ਹੈ, ਪਰ ਇਸ ਤਰ੍ਹਾਂ ਹੀ ਰਹੇਗੀ, ਇਹ ਭੁਲੇਖੇ 'ਚ ਨਾ ਰਹੀ। ਸਥਿਤੀ ਪਲ ਪਲ ਬਦਲ ਰਹੀ ਹੈ, ਤਬਦੀਲੀ ਹੋ ਰਹੀ ਹੈ, ਸਾਰੇ ਕੁਝ ਵਿੱਚ ਬੜਾ ਫੇਰ ਬਦਲ ਹੋ ਰਿਹਾ, ਬਹੁਤ ਕੁਝ ਬਦਲ ਗਿਆ, ਬਹੁਤ ਕੁਝ ਬਦਲ ਰਿਹਾ, ਬੜਾ ਕੁਝ ਬਦਲ ਜਾਏਗਾ। ਹਰ ਚੀਜ਼ ਉਵੇਂ ਦੀ ਨਹੀਂ ਰਹੇਗੀ ਜਿਸ ਤਰ੍ਹਾਂ ਦੀ ਹੁਣ ਹੈ, ਜਿਵੇਂ ਪਹਿਲੀਆਂ ਚੀਜ਼ਾਂ ਬਦਲ ਗਈਆਂ, ਹੁਣ ਵਾਲੀਆਂ ਵੀ ਬਦਲਣਗੀਆਂ, ਆਉਣ ਵਾਲੇ ਵਕਤ ਵਿੱਚ ਵੀ ਤਬਦੀਲੀ ਜਾਰੀ ਰਹੇਗੀ। ਇਸ ਕਰਕੇ ਮੋਹ ਵਿੱਚ ਨਾ ਫਸੀ, ਕਿਰਤ ਕਰੀ, ਪਰ ਕਿਰਤ ਕਰਨ ਦਾ ਅਰਥ ਜਿਹੜਾ ਉਹ ਜੀਵਨ ਦਾ ਨਿਰਵਾਹ ਹੈ, ਕਿਰਤ ਕਰਨ ਦਾ ਅਰਥ ਜਿਹੜਾ ਉਹ ਖੋਆ ਖਿੰਜੀ ਨਹੀਂ, ਮੋਹ ਵਿੱਚ ਫਸ ਕੇ ਲੋਭੀ ਹੋਣਾ ਨਹੀਂ, ਕੇਵਲ ਨਿਰਵਾਹ ਕਰਨਾ ਹੈ। ਕਬੀਰ ਹਮਰਾ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂੰ ਕੇ ਨਾ ਹੈ, ਫਿਰ ਕੀ ਕਰਨਾ ਚਾਹੀਦਾ? ਗੁਰੂ ਅਰਜਨ ਸਾਹਿਬ ਜੀ ਨੇ ਹੱਲ ਦੱਸਿਆ
ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ। ਜਿਸ ਨੇ ਇਹ ਸਰਵ ਸੰਸਾਰ ਔਰ ਸਾਡੇ ਜੀਵਨ ਦੀ ਰਚਨਾ ਕੀਤੀ ਹੈ, ਜਿਸ ਨੇ ਇਹਨੂੰ ਪੈਦਾ ਕੀਤਾ ਹੈ, ਜਿਸ ਨੇ ਇਹਨੂੰ ਸਿਰਜਿਆ ਹੈ, ਸੁਰਤ ਕਰਕੇ ਉਹਦੇ ਵਿੱਚ ਜੁੜੇ ਰਹੀਏ, ਉਹਦੇ ਵਿੱਚ ਸਮਾਏ ਰਹੀਏ, ਉਹਦੇ ਵਿੱਚ ਅਭੇਦ ਰਹੀਏ, ਸਦਾ ਉਹਦੀ ਯਾਦ ਵਿੱਚ, ਸਦਾ ਉਹਦੀ ਸਿਫਤ ਵਿੱਚ, ਸਦਾ ਉਹਦੀ ਬੰਦਗੀ ਵਿੱਚ ਲੀਨ ਰਹੀਏ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਫਕੀਰ ਨੇ ਇਹ ਆ ਕੇ ਪ੍ਰਸ਼ਨ ਕੀਤਾ, ਮਹਾਰਾਜ ਤੁਸੀਂ ਸਵੇਰ ਦੇ ਰੁੱਝੇ ਹੋਏ ਹੋ, ਮੈਂ ਸੋਚਿਆ ਸੀ ਤੁਹਾਡੇ ਨਾਲ ਕੋਈ ਪਰਮਾਰਥ ਦੇ ਬਚਨ ਸਾਂਝੇ ਕਰਾਂਗਾ, ਰੱਬ ਦੇ ਰਾਹ ਦੇ ਕੋਈ ਖਿਆਲ ਸਾਂਝੇ ਕਰਾਂਗਾ, ਪਰ ਮੈਂ ਹੈਰਾਨ ਹੋਇਆ ਵੀ ਤੁਸੀਂ ਤਾਂ ਰੁਝੇਵੇਂ 'ਚ ਹੀ ਬੜੇ ਹੋ, ਇੰਨੇ ਰੁਝੇਵੇਂ ਵਿੱਚ ਰਹਿਣ ਵਾਲੇ ਆਪ ਕਦੋਂ ਬੰਦਗੀ ਕਰਦੇ ਹੋਣਗੇ, ਅਤੇ ਜਿਹੜੇ ਆਪ ਬੰਦਗੀ ਕਰਨ ਲਈ ਇੰਨਾ ਸਮਾਂ ਨਹੀਂ ਕੱਢ ਪਾ ਰਹੇ, ਉਹ ਮਗਰਲਿਆਂ ਨੂੰ ਕੀ ਜੀਵਨ ਜਾਚ ਦੱਸਣਗੇ। ਪਾਤਸ਼ਾਹ ਜੀ ਨੇ ਉੱਥੇ ਹੀ ਸ਼ਬਦ ਨਾਲ, ਇਸ ਬਚਨ ਨਾਲ ਹੀ ਉਹਦਾ ਭਰਮ ਦੂਰ ਕੀਤਾ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਕਮਲ ਫੁੱਲ ਜਿਵੇਂ ਪਾਣੀ 'ਚ ਲਿਪਤ ਰਹਿੰਦਾ, ਕਿਰਤਕਾਰ ਕਰਦਿਆਂ ਮੋਹ ਤੋਂ, ਲੋਭ ਤੋਂ, ਖੋਆ ਖਿੰਜੀ ਤੋਂ, ਨੈਗਟਿਵਿਟੀ ਤੋਂ ਇਵੇਂ ਬਚਣਾ। ਪਦਾਰਥ ਜੀਵਨ ਦੇ ਨਿਰਬਾਹ ਲਈ ਹੈ, ਜੀਵਨ ਨੂੰ ਪਦਾਰਥ ਲਈ ਗਵਾਉਣਾ ਨਹੀਂ। ਬਸ ਇਹ ਇੱਕ ਖਿਆਲ ਹੈ, ਇਹ ਇੱਕ ਨੁਕਤਾ ਹੈ ਜਿਸ ਨੂੰ ਮਹਾਰਾਜ ਨੇ ਬਾਰੰਬਾਰ ਬਾਣੀ ਦੇ ਵਿੱਚ ਬਿਆਨ ਕੀਤਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੇ ਸ਼ਬਦ ਸੁਰਤ ਭਵ ਸਾਗਰ, ਤਰੀਏ ਨਾਨਕ ਨਾਮ ਵਖਾਣੇ। ਸਾਹਿਬ ਕਿਰਪਾ ਕਰਨ, ਅਗਲੇਰੇ ਸਲੋਕਾਂ ਦੀ ਵਿਚਾਰ ਅਗਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।